ਜੀ ਅਸਲਾਮ ਅਲੈਕਮ ਤੇ ਜਾਣਦੇ ਟੋਟੇ ਹੋ, ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਂਗੇ। ਤਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ। ਅਤੇ ਮੈਂ ਕਾਫੀ ਦਿਨਾਂ ਤੋਂ ਸੋਚ ਰਿਹਾ ਕਿ ਪੰਜਾਬੀ ਜ਼ਬਾਨ 'ਚ ਕਿਉਂ ਨਾ ਵੋਇਸ ਓਵਰ ਕੀਤਾ ਜਾਏ, ਤਾਂ ਕਿ ਵਲੌਗ ਸੁਣਨ ਦਾ ਤੁਹਾਨੂੰ ਮਜ਼ਾ ਵੀ ਆਏ ਅਤੇ ਤੁਸੀਂ ਮੇਰਾ ਵਲੌਗ ਸ਼ੇਅਰ ਵੀ ਕਰੋ। ਅਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ। ਅਤੇ ਅੱਜ ਸੰਡੇ ਦਾ ਦਿਨ ਹੈ ਅਤੇ ਮੈਂ ਤੁਹਾਨੂੰ ਅੱਜ ਦੱਸਦਾ ਕਿ ਅੱਜ ਮੈਂ ਕੀ ਕਰਨ ਲੱਗਾ। ਅੱਜ ਫੈਕਟਰੀ 'ਚ ਛੁੱਟੀ ਸੀ ਅਤੇ ਮੈਂ ਸੋਚਿਆ ਕਿਉਂ ਨਾ ਬਾਈਕ ਨੂੰ ਰਿਪੇਅਰ ਕਰ ਲਿੱਤਾ ਜਾਵੇ। ਅਤੇ ਇਸੇ ਵਜ੍ਹਾ ਤੋਂ ਮੈਂ ਸੋਚਿਆ ਬਾਈਕ ਦੀ ਟਿਊਨਿੰਗ ਸ਼ਿਊਨਿੰਗ ਕਰਦੇ ਹਾਂ। ਅਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਟਿਊਨਿੰਗ ਨੂੰ। ਤੋਂ ਪਹਿਲੇ ਤਾਂ ਇੱਕ ਬਾਈਕ ਦਾ ਬੜਾ VIP ਜਾਂ ਸ਼ਾਰਟ ਲੈਂਦੇ ਹਾਂ ਅਤੇ ਫਿਰ ਸ਼ੁਰੂ ਕਰਦੇ ਹਾਂ। ਬਾਈਕ ਦਾ ਸਭ ਤੋਂ ਪਹਿਲੇ ਮੋਬਾਈਲ ਅਸੀਂ ਕੱਢਿਆ ਅਤੇ ਫਿਰ ਉਹਦੀ ਜਗ੍ਹਾ 'ਤੇ ਨਵਾਂ ਮੋਬਾਈਲ ਵੀ ਅਸੀਂ ਪਾਉਣਾ। ਅਤੇ ਫਿਰ ਅਸੀਂ ਇਹਦੇ ਟਾਪੇ ਛਾਪੇ ਖੋਲ੍ਹੇ ਨੇ ਕਿਉਂਕਿ ਅਸੀਂ ਅੱਜ ਇਹਦਾ ਫਿਲਟਰ ਵਗੈਰਾ ਵੀ ਚੇਂਜ ਕਰਨਾ। ਬਾਈਕ ਨੂੰ ਰਿਪੇਅਰ ਕੀਤਿਆਂ ਵੀ ਇੱਕ ਅਰਸਾ ਹੀ ਹੋ ਗਿਆ। ਮੈਨੂੰ ਤਾਂ ਯਾਦ ਵੀ ਨਹੀਂ ਆ ਰਿਹਾ ਕਿ ਕਦੋਂ ਪਿਛਲੀ ਵਾਰੀ ਬਾਈਕ ਮੈਂ ਆਪ ਹੀ ਰਿਪੇਅਰ ਕੀਤੀ ਸੀ। ਅਤੇ ਤੁਸੀਂ ਸੋਚ ਰਹੇ ਹੋਣੇ ਹੋ ਕਿ ਮੈਂ ਮਕੈਨਿਕ ਕੋਲ ਕਿਉਂ ਨਹੀਂ ਗਿਆ। ਅਸਲ ਮੈਂ ਬਾਈਕ ਦਾ ਕੰਮ ਆਪ ਵੀ ਕਰ ਲੈਂਦਾ ਅਤੇ ਇਸੇ ਵਜ੍ਹਾ ਤੋਂ ਮਕੈਨਿਕ ਸ਼ਕੈਨਿਕ ਕੋਲ ਜੋ ਹੈ ਉਹ ਮੈਂ ਪ੍ਰੇਰ ਕਰਦਾ ਜਾਣ ਤੋਂ। ਅਤੇ ਔਜ਼ਾਰ ਵਗੈਰਾ ਮੈਂ ਘਰ ਮੰਗਵਾ ਕੇ ਰੱਖੇ ਹੋਏ ਨੇ, ਜਿਹਦੀ ਵਜ੍ਹਾ ਤੋਂ ਮੈਂ ਆਪ ਹੀ ਬਾਈਕ ਨੂੰ ਖੋਲ ਛੋਲ ਲੈਣਾ ਅਤੇ ਉਹਨੂੰ ਸੈੱਟ ਕਰ ਲੈਣਾ। ਬੈਟਰੀ ਦੀ ਹਾਲਤ ਵੀ ਕਾਫੀ ਜ਼ਿਆਦਾ ਨਾਜ਼ੁਕ ਹੋਈ ਹੋਈ ਹੈ ਅਤੇ ਮੈਂ ਸੋਚਿਆ ਕਿਉਂ ਨਾ ਬੈਟਰੀ 'ਚ ਅੱਜ ਏਸਿਡ ਵਗੈਰਾ ਤੇਜ਼ਾਬ ਜਿਹੜਾ ਉਹ ਪਾਇਆ ਜਾਏ ਤਾਂ ਕਿ ਬੈਟਰੀ ਨਾਰਮਲ ਹਾਲਤ 'ਚ ਆ ਹੀ ਜਾਵੇ। ਲੇਕਿਨ ਮੈਨੂੰ ਨਹੀਂ ਲੱਗਦਾ ਕਿਉਂਕਿ ਇਹ ਡੈਡ ਵਗੈਰਾ ਹੋ ਗਈ ਹੈ। ਪਾਣੀ ਪਾ ਕੇ ਚੈੱਕ ਕੀਤਾ ਲੇਕਿਨ ਇਹ ਚੱਲੀ ਕੋਈ ਨਹੀਂ। ਮੈਨੂੰ ਉਮੀਦ ਤਾਂ ਹੈ ਕਿ ਹੁਣ ਮੈਨੂੰ ਨਵੀਂ ਹੀ ਬੈਟਰੀ ਲੈਣੀ ਪਵੇਗੀ। ਫਿਰ ਉਹਦੇ ਤੋਂ ਬਾਅਦ ਅਸੀਂ ਇਹਦਾ ਫਿਲਟਰ ਖੋਲਿਆ ਔਰ ਚੈੱਕ ਕੀਤਾ ਕਿ ਫਿਲਟਰ ਦੀ ਇਹਦੀ ਹਾਲਤ ਕੀ ਹੈ। ਫਿਲਟਰ ਖੋਲਣ ਤੋਂ ਬਾਅਦ ਮੈਨੂੰ ਇਹ ਹੀ ਪਤਾ ਲੱਗਾ ਕਿ ਫਿਲਟਰ 'ਤੇ ਇਹਦਾ ਵਾਕਈ ਹੀ ਚੇਂਜ ਹੋਣ ਵਾਲਾ, ਕਿਉਂਕਿ ਇਹ ਮੈਨੂੰ ਜੇ ਚਲਾ ਰਿਹਾ ਹੁੰਦਾ ਤਾਂ ਮੈਨੂੰ ਪਤਾ ਲੱਗ ਰਿਹਾ ਹੁੰਦਾ ਕਿ ਇਹ ਬੁੱਟ ਹੋ ਰਿਹਾ ਹੁੰਦਾ। ਉਹਦੇ ਬਾਅਦ ਜਦੋਂ ਇਹਨੂੰ ਖੋਲਦਿਆਂ ਤਾਂ ਪਤਾ ਲੱਗਦਾ ਕਿ ਇਹਦਾ ਜਿਹੜਾ ਲੋਟਾ ਹੈ ਯਾਨੀ ਕਿ ਜਿਹੜੀ ਇਹਦੀ ਬੰਦੂਕ ਹੈ ਉਹ ਵੀ ਟੁੱਟੀ ਹੋਈ ਹੈ। ਅਤੇ ਫਿਰ ਇਹਦੀ ਜਗ੍ਹਾ 'ਤੇ ਮੈਂ ਨਵਾਂ ਜਿਹੜਾ ਉਹ ਫਿਲਟਰ ਪਾ ਦਿੰਦਾ ਅਤੇ ਕੋਸ਼ਿਸ਼ ਕਰਦਾ ਵਾਂ ਕਿ ਇਹਦਾ ਜਿਹੜਾ ਪੁਰਾਣਾ ਹੀ ਜਿਹੜਾ ਲੋਟਾ ਹੈ ਉਹ ਰਿਪੇਅਰ ਹੋ ਜਾਵੇ। ਫਿਰ ਅਸੀਂ ਪਾਕਿਸਤਾਨੀ ਜੁਗਾੜੂ ਵੀ ਕਾਫੀ ਜ਼ਿਆਦਾ ਹੈ ਅਤੇ ਪੁਰਾਣੀ ਚੀਜ਼ ਨਾਲ ਹੀ ਕੰਮ ਚਲਾਉਂਦੇ ਹਾਂ ਅਤੇ ਬੈਟਰੀ ਸ਼ੈਟਰ ਜਿਹੜੀ ਇਹਦੀ ਫਿੱਟ ਕਰ ਲੈਂਦੇ ਹਾਂ। ਅਤੇ ਫਿਰ ਵਾਰੀ ਆਉਂਦੀ ਹੈ ਮੈਂ ਸੋਚਦਾ ਕਿਉਂ ਇਹਦਾ ਚੈਨ ਵਗੈਰਾ ਵੀ ਟੈਟ ਕੀਤਾ ਜਾਏ ਅਤੇ ਇਹਦੇ ਪਿਛਲੇ ਟਾਇਰ ਨੂੰ ਵੀ ਖੋਲ ਲਈਦਾ, ਚੈਨ ਸ਼ੈਨ ਟੈਟ ਕਰੀਦਾ, ਤੇਲ ਛੇਲ ਲਾਈਦਾ ਅਤੇ ਉਹ ਆਪਣੀ ਅਸਲ ਹਾਲਤ 'ਚ ਵਾਪਸ ਆ ਜਾਂਦਾ। ਫਿਰ ਮੈਂ ਸੋਚਦਾ ਕਿਉਂ ਨਾ ਇਹਦੇ ਇੰਜਨ ਦਾ ਟਾਪਾ ਵੀ ਲਾਇਆ ਜਾਏ, ਜਿਹਨੂੰ ਤੇਲ ਛੇਲ ਲਾਇਆ ਜਾਏ, ਜਿਹਦੀ ਸਫਾਈ ਵਗੈਰਾ ਕੀਤੀ ਜਾਏ, ਜਿਹਦੇ 'ਚ ਕਾਫੀ ਜ਼ਿਆਦਾ ਕਚਰਾ ਨਿਕਲਦਾ, ਜਿਹਨੂੰ ਵੇਖ ਕੇ ਮੈਨੂੰ ਇਹ ਹੀ ਲੱਗਦਾ ਕਿ ਮੈਂ ਕਾਫੀ ਜ਼ਿਆਦਾ ਗਲਤੀ ਕੀਤੀ ਹੈ ਕਿਉਂਕਿ ਇਹਨੂੰ ਬੜੇ ਅਰਸੇ ਬਾਅਦ ਜਿਹੜਾ ਨਾ ਅੱਜ ਮੈਂ ਖੋਲਿਆ। ਫਿਰ ਮੈਂ ਸੋਚਦਾ ਅੱਜ ਖੋਲ ਤੇ ਲਿਆ ਹੀ, ਕੱਪੜੇ ਛੱਪੜੇ ਤੇ ਗੰਦੇ ਕਰ ਹੀ ਲਏ ਨੇ, ਕਿਉਂ ਨਾ ਅੱਜ ਇਹਨੂੰ ਧੋ ਵੀ ਲਿੱਤਾ ਜਾਏ। ਤੇ ਫਿਰ ਮੈਂ ਸ਼ੁਰੂ ਹੋ ਜਾਂਦਾ ਸਰਫ ਲੈ ਕੇ ਤੇ ਸਾਬਣ ਲੈ ਕੇ ਕੱਪੜੇ ਨਾਲ ਜਨਾਬ ਇਹਦੀ ਸਫਾਈ ਕਰਦੇ ਹਾਂ, ਇਹਨੂੰ ਧੋਣੇ ਦੀ ਕੋਸ਼ਿਸ਼ ਕਰਦੇ ਹਾਂ ਤੇ ਜਨਾਬ ਇਹਨੂੰ ਫਿਰ VIP ਕਰਕੇ ਚਮਕਾਉਂਦੇ ਹਾਂ। ਤੇ ਜਾਣਦੇ ਹੋ ਟੋਟੇ, ਤੁਸੀਂ ਮੇਰੇ ਨਾਲ ਹੀ ਰਹਿਣਾ ਤੇ ਅੱਜ ਤੁਸੀਂ ਪੂਰਾ ਜਿਹੜਾ ਮੇਰਾ ਵਲੌਗ ਵੇਖਣਾ ਤੇ ਵਲੌਗ ਨੂੰ ਸ਼ੇਅਰ ਵੀ ਕਰ ਦਿੱਤਾ ਕਰੋ ਤਾਂ ਕਿ ਕੋਈ ਇੱਕ ਅੱਧੀ ਵੀਡੀਓ ਵੀ ਵਾਇਰਲ ਹੋ ਗਈ ਤੇ ਕੰਮ ਬਣ ਹੀ ਜਾਣਾ। ਫਿਰ ਅਗਰ ਇੱਕ ਵੀ ਅੱਧੀ ਵੀਡੀਓ ਵੱਜਦੀ ਹੈ ਤੇ ਮੈਨੂੰ ਉਮੀਦ ਹੈ ਕਿ ਮੈਂ ਇੰਗਲੈਂਡ ਹੀ ਜਾ ਕੇ ਖਲੋਣਾ। ਜਨਾਬ ਜੀ ਬਾਈਕ ਧੋ ਧਵਾ ਕੇ ਬਿਲਕੁਲ ਨਵੀਂ ਨਕੋਰ ਹੋ ਜਾਂਦੀ ਹੈ ਤੇ ਇੰਝ ਹੀ ਲੱਗਦਾ ਜਿਵੇਂ ਅੱਜ ਹੀ ਸ਼ੋਰੂਮ ਤੋਂ ਨਵੀਂ ਕਢਾ ਕੇ ਆਉਂਦੀ ਹੈ। ਫਿਰ ਇਹਦੇ ਬਾਅਦ ਮੈਂ ਕੈਮਰਾ ਲੈ ਕੇ ਪਹੁੰਚਦਾ ਪਤਰੇਰ ਕੋਲ, ਜਿਹੜੇ ਆਪਣਾ ਕੁੱਕੜਾਂ ਨੂੰ ਦਾਣਾ ਪਾਣੀ ਪਾ ਰਿਹਾ ਹੁੰਦਾ ਤੇ ਡੰਗਰਾਂ ਸ਼ੰਗਰਾਂ ਨੂੰ ਜਿਹੜਾ ਨਾ ਇਹਨੇ ਪੱਠੇ ਛੱਟੇ ਪਾ ਲਏ ਹੁੰਦੇ ਨੇ। ਫਿਰ ਮੈਂ ਚਾਚੂ ਨਾਲ ਟੁਰ ਜਾਂਦਾ ਇੱਕ ਲੰਬੇ ਜਿਹੇ ਟੂਰ ਤੇ ਇੱਕ ਸਫ਼ਰ ਜਿਹੜਾ ਛੋਟਾ ਜਿਹਾ ਅਸੀਂ ਕਰਦੇ ਹਾਂ, ਇੱਕ ਮੁਖਤਸਰ ਜਿਹਾ ਸਫ਼ਰ ਅਸੀਂ ਕਰਦੇ ਹਾਂ ਤੇ ਇੱਕ ਇਲਾਕੇ 'ਚ ਜਾਂਦੇ ਹਾਂ ਆਲੀ ਵਾਲੀ ਸਾਈਡ ਤੇ। ਸਾਡੇ ਪਿੰਡ 'ਚ ਇੱਕ ਇਲਾਕਾ ਹੈ ਆਲੀ ਦਾ, ਉੱਥੇ ਜਾ ਕੇ ਬੱਕਰੇ ਛੱਕਰੇ ਵੇਖਦੇ ਹਾਂ। ਚਾਚੂ ਨੂੰ ਬੱਕਰੇ ਛੱਕਰੇ ਪਸੰਦ ਕੋਈ ਨਹੀਂ ਆਉਂਦੇ ਤੇ ਫਿਰ ਅਸੀਂ ਜਨਾਬ ਜਿਹੜਾ ਨਾ ਇੱਕ ਬੱਕਰੀਆਂ ਵਾਲੇ ਕੋਲ ਖਲੋ ਜਾਂਦੇ ਹਾਂ ਤੇ ਬੱਕਰੀਆਂ ਛੱਕਰੀਆਂ ਚੈੱਕ ਕਰਦੇ ਹਾਂ, ਲੇਕਿਨ ਸਾਨੂੰ ਜਿਹੜਾ ਨਾ ਉਹਦੇ ਨਾਲ ਕੋਈ ਖਾਸ ਗੱਲਬਾਤ ਨਹੀਂ ਬਣਦੀ ਸਾਡੀ। ਤੇ ਫਿਰ ਅਸੀਂ ਘਰ ਆ ਜਾਂਦੇ ਹਾਂ ਤੇ ਆਪਣੀ ਬੱਕਰੀਆਂ ਦੀ ਦੁਬਾਰਾ ਵੀਡੀਓ ਬਣਾ ਲੈਂਦੇ ਹਾਂ ਜਿਹੜੇ ਪਤਰੇ ਨੇ ਪਿਛਲੇ ਜੁੰਮੇ ਮੰਡੀ ਤੋਂ ਲੈ ਕੇ ਆਏ ਹੁੰਦੇ ਨੇ। ਤੇ ਉਮੀਦ ਹੈ ਤੁਹਾਨੂੰ ਅੱਜ ਦਾ ਮੇਰਾ ਵਲੌਗ ਤੇ ਪਸੰਦ ਆਏਗਾ। ਕਾਂਡ ਦੀ ਲਾਈਕ ਕਰ ਦਿਆ ਕਰੋ, ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ। ਮਿਹਰਬਾਨੀ ਤੁਹਾਡੀ ਸਾਰਿਆਂ ਦੀ।